ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਦੀਪ ਸਿੰਘ ਡਿਊਟੀਪਰ ਕਿਉਂਕਿ ਮੈਂ ਅੱਜ ਤੁਹਾਦਿਆਂ ਨੂੰ ਜਿਸ ਵਿਸ਼ੇ ਤੇ ਮੁਖਾਤੇ ਹੋਣ ਲੱਗੇ ਆ ਉਹ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਆਪਣੇ ਮਹਿਮਾ ਸਾਹਿਬ ਦੀ ਕਿਸਾਨ ਆਗੂ ਦੀ ਹਰਨੇਕ ਸਿੰਘ ਮਹਿਮਾ ਦੀ ਉਹ ਰੋ ਰੋ ਕੇ ਆਪਣੀ ਦੱਸ ਰያ ਗੱਲ ਕੱਲੇ ਮਹਿਮਾ ਸਾਹਿਬ ਨਹੀਂ ਰੋ ਰਿਹਾ ਜਿੰਨੇ ਵੀ ਲੀਡਰ ਵੱਡੇ ਵੱਡੇ ਜਿਹੜੇ ਆਏ ਸੀਗੇ ਕਿਸਾਨ ਮੋਰਚੇ ਨੂੰ ਲੜ ਕੇ ਤੇ ਫੀਲਿੰਗ ਇਹ ਲੈਂਦੇ ਸੀ ਵੀ ਅਸੀਂ ਜਿੱਟ ਕੇ ਆਏ ਆ ਜਦਕਿ ਹਕੀਕਤ ਤੇ ਹੈ ਨਹੀਂ ਸੀਗੀ ਲੋਕਾਂ ਨੂੰ ਪਤਾ ਸੀ ਨਾ ਤੁਸੀਂ ਲੜੇ ਤੇ ਨਾ ਤੁਸੀਂ ਜਿੱਤੇ ਤੇ ਜਿਸ ਤਰ੍ਹਾਂ ਦੀ ਦੋਸ਼ਣਬਾਜ਼ੀ ਇਹਨਾਂ ਨੇ ਲੀਡਰਾਂ ਨੇ ਆਪਸ ਵਿੱਚ ਕੀਤੀ ਇੱਕ ਦੂਜੇ ਦੇ ਖਿਲਾਫ ਡੱਲੇਵਾਲ ਨੇ ਰਾਜੇਵਾਲ ਦੇ ਖਿਲਾਫ ਰਾਜੇਵਾਲ ਨੇ ਡੱਲੇਵਾਲ ਦੇ ਖਿਲਾਫ ਜਾਂ ਇਸ ਤਰ੍ਹਾਂ ਦੀ ਹੋਰ ਜਿਹੜੇ ਜਿਹੜੇ ਨਾਂ ਸੀਗੇ ਨਾਮ ਵਰ ਲੋਗ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਮਾਮਲਾ ਗੜਬੜ ਹੈ ਔਰ ਮੈਂ ਤਾਂ ਰੈਗੂਲਰ ਬੋਲ ਰਿਹਾ ਸੀ ਉੱਥੇ ਸਟੇਜ ਤੇ ਵੀ ਤੁਹਾਡੇ ਆਗੂਆਂ ਨੇ ਮੂਵਮੈਂਟ ਵੇਚਦੀ ਆ ਇਹਨਾਂ 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 ਦਾ ਕੋਈ ਬੰਦਸਪ ਕਰ ਲੋ ਇਹਨਾਂ ਇਹਨਾਂ ਨੇ ਕਿਸੇ ਕਿਨਾਰੇ ਨਹੀਂ ਲੱਗਣ ਦੇਣਾ ਆ ਇਸ ਨੂੰ ਅੰਦੋਲਨ ਨੂੰ ਤੇ ਲੱਗਣ ਵੀ ਨਹੀਂ ਦਿੱਤਾ ਅਸੀਂ ਜਿੱਡੇ ਵੱਡੇ ਅੰਦੋਲਨ ਚੋਂ ਅਸੀਂ ਕਹੀ ਜਾਈਏ ਕਿ ਅਸੀਂ ਕਾਨੂੰਨ ਵਾਪਸ ਕਰਾ ਕੇ ਆਏ ਆ ਤੇ ਅਸੀਂ ਬਹੁਤ ਵੱਡੀਆਂ ਪ੍ਰਾਪਤੀਆਂ ਲੈ ਕੇ ਆਏ ਆ ਪਰ ਜਿੱਡਾ ਵੱਡਾ ਅੰਦੋਲਨ ਸੀ ਜਿਸ ਤਰ੍ਹਾਂ ਦਾ ਇਸ ਨੂੰ ਸਮਰਥਨ ਸੀ ਵਰਲਡ ਲੈਵਲ ਤੇ ਚਰਚਾ ਸੀ ਤੁਹਾਡੇ ਜਿਹੜੇ ਨਾਵਾਂ ਤੁਹਾਡੇ ਨਾਵਾਂ ਨੂੰ ਜਿਨ੍ਹਾਂ ਨੂੰ ਤੁਹਾਡੇ ਪਿੰਡਾਂ ਚ ਲੋਕ ਨਹੀਂ ਸੀ ਜਾਣਦੇ ਉਹਨਾਂ ਨੂੰ ਵਰਲਡ ਜਾਣਨ ਲੱਗ ਗਿਆ ਸੀਗਾ ਤੇ ਇਹ 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 ਤੇ ਕੋਈ ਪ੍ਰਾਪਤੀ ਨਹੀਂ ਕਹਿ ਸਕਦੇ ਕਿ ਅਸੀਂ ਕਾਨੂੰਨ ਵਾਪਸ ਕਰਕੇ ਕਰਵਾ ਕੇ ਆ ਗਏ ਚਲੋ ਠੀਕ ਹੈ ਸਾਡਾ ਆਪਣਾ ਦਿਲ ਰੱਖਣ ਨੂੰ ਅਸੀਂ ਕਹਿ ਸਕਦੇ ਆ ਪਰ ਜਿੰਨੇ ਵੱਡੇ ਐਫਰਟਸ ਲੱਗੇ ਜਿੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਜਿੰਨਾ ਵੱਡਾ ਤਪ ਹੋਇਆ ਉੱਤੇ ਉਸ ਦੇ ਮੁਕਾਬਲੇ ਤੇ ਸਾਡੀ ਜੇ ਜੇ ਅਸੀਂ ਪ੍ਰਾਪਤੀ ਕੀਤੀ ਤੇ ਉਹ ਜ਼ੀਰੋ ਵੀ ਨਹੀਂ ਹੈਗੀ ਤੇ ਉਸ ਤੋਂ ਬਾਅਦ ਵੀ ਐਡੇ ਵੱਡੇ ਅੰਦੋਲਨ ਚ ਅਸੀਂ ਲੀਡਰਸ਼ਿਪ ਕਿਹੜੀ ਕੱਢ ਕੇ ਲਿਆਏ ਜਿਹੜੇ ਸਾਰੇ ਚੋਰ ਇੱਕ ਦੂਜੇ ਤੇ ਹੁਣ ਬਲੇਮ ਲਾਈ ਜਾਂਦੇ ਨੇ ਤੇ ਮੈਂ ਤਾਂ ਉਦੋਂ ਹੀ ਮੈਨੂੰ ਪਤਾ ਸੀ ਕਿਉਂਕਿ ਇੱਕ ਬੜੀ ਗੱਲ ਬੜੇ ਮਾਣ ਨਾਲ ਕਹਿੰਦੇ ਇਹਨਾਂ ਨੇ ਇੱਕ ਨੈਰੇਟਿਵ ਉੱਥੇ ਬਣਾ ਰੱਖਿਆ ਸੀ ਜਿਵੇਂ ਅਸੀਂ ਜੀ 50 ਸਾਲ ਦਾ ਸਾਡਾ ਤਜਰਬਾ ਜੀ ਇਸ ਅੰਦੋਲਨ ਲੜਨ ਦਾ ਤੇ ਮੈਂ ਉਦੋਂ ਵੀ ਕਹਿੰਦਾ ਹੁੰਦਾ ਸੀ ਵੀ ਤੁਹਾਡਾ 50 ਸਾਲ ਦਾ ਅੰਦੋਲਨ ਲੜਨ ਦਾ ਤਜਰਬਾ ਨਹੀਂ ਹੈਗਾ ਤੁਹਾਡਾ ਅੰਦੋਲਨ ਖੜੇ ਕਰਨ ਦਾ ਤੇ ਅੰਦੋਲਨ ਵੇਚਣ ਦਾ ਤਜਰਬਾ ਹੈ ਤੇ ਅਰ ਕਿ ਅਸੀਂ ਤੁਹਾਨੂੰ ਵੇਚਣ ਨਹੀਂ ਦੇਣਾ ਤੇ ਉਹ ਗੱਲਾਂ ਹੁਣ ਸਾਰੀਆਂ ਹੋਣ ਨਹੀਂ ਇਹ ਤਾਂ ਅੰਦੋਲਨ ਜਦੋਂ ਅਸੀਂ ਜਿੱਤ ਕੇ ਆਏ ਜਾਂ ਕਥਿਤ ਤੌਰ ਤੇ ਅਸੀਂ ਜਿੱਤ ਕੇ ਆਏ ਤੇ ਉਹ ਤੋਂ ਬਾਅਦ ਹੀ ਇਹ ਤੇ ਇੱਕ ਦੂਜੇ ਦੇ ਖਿਲਾਫ ਕੋਈ ਕਹਿੰਦਾ ਸੀ ਇਹਦਾ ਇਹਦੀ ਅ ਅਮਿਤਛਾਨਾ ਗੱਲ ਹੈ ਤੇ ਕੋਈ ਕਹਿੰਦਾ ਸੀ ਇਹਦੀ अजीत ਦਵਾਲ ਨਾਲ ਸਿੱਧੀ ਗੱਲ ਹੈ ਤੇ ਇਹ ਉਦੋਂ ਹੀ ਨੰਗੇ ਸੀਗੇ ਤੇ ਪਰ ਸਾਡੇ ਸਾਹਮਣੇ ਤੇ ਪਹਿਲਾਂ ਹੀ ਨੰਗੇ ਸੀਗੇ ਪਰ ਉਦੋਂ ਸਾਡੀ ਗੱਲ ਜਿਹੜੀ ਸੀ ਉਹ ਸੁਣੀ ਨਹੀਂ ਸੀ ਜਾਂਦੀ ਹੁਣ ਜਿਹੜੇ ਰੋ ਰੋ ਕੇ ਚੀਕਾਂ ਮਾਰਦੇ ਨੇ ਲੋਕ ਇਹ ਕੀ ਕਹਿਣਾ ਚਾਹੁੰਦੇ ਠੀਕ ਹੈ ਮੈਨੂੰ ਦੁੱਖ ਹੈ ਇਹਨਾਂ ਦੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਫਰ ਕੀਤਾ ਹੈ ਔਰ ਇਹਨਾਂ ਨੇ ਗਰਾਊਂਡ ਤੇ ਲੜਿਆ ਹੈ ਸੰਘਰਸ਼ ਔਰ ਇਹਨਾਂ ਨੂੰ ਦੁੱਖ ਹੈ ਇਸ ਗੱਲ ਦਾ ਪਰ ਤੁਸੀਂ ਅੱਖਾਂ ਮੀਟ ਕੇ ਇਹਨਾਂ ਦੇ ਮੰਗਰ ਅੰਨਿਆਂ ਵਾਂਗੂ ਤੁਰੇ ਫਿਰਦੇ ਰਹੇ ਤਾਨੂੰ ਨਹੀਂ ਪਤਾ ਸੀ ਤੁਹਾਡੇ ਲੀਡਰ ਕੀ ਕਰ ਰਿਹਾ ਤੇ ਜਿਹੜੀ ਗੱਲ ਆ ਖਾਸ ਕਰਕੇ ਆਪਣਾ ਮਹਿਮਾ ਸਾਹਿਬ ਕਹਿ ਰਹੇ ਨੇ ਵੀ ਮੇਰੇ ਲੀਡਰ ਨੇ ਮੈਨੂੰ ਬੜੇ ਮਾਣ ਨਾਲ ਦੱਸੀ ਵੀ ਮੈਨੂੰ ਉਹ ਪੈਗ ਫੜਾ ਪਾ ਕੇ ਦਿੰਦੀ ਸੀ ਉਹਦੇ ਘਰ ਵਾਲੀ ਆਪਣੇ ਦੇ ਐਗਰੀਕਲਚਰ ਮਨਿਸਟਰ ਦੇ ਤੇ ਤੂੰ ਉਹਦੋਂ ਨਾਲ ਇਹਦਾ ਗੱਲ ਫੜਿਆ ਤੂੰ ਇਹਨੂੰ ਕਹਿੰਦਾ ਵੀ ਸਾਲਿਆ ਤੈਨੂੰ ਅਸੀਂ ਉੱਥੇ ਸਿੱਖਾਂ ਦੀ ਨੁਮਾਇੰਦੀ ਕੀ ਕਰਨ ਭੇਜਿਆ ਕਿ ਤੈਨੂੰ ਉੱਥੇ ਉਹਦੇ ਤੋਂ ਪੈਗ ਪੀਣ ਲਈ ਕਿ ਭੇਜਿਆ ਉਹ ਉਹਦੋਂ ਤੁਸੀਂ ਨਹੀਂ ਬੋਲੇ ਉਹ ਤੁਹਾਨੂੰ ਵੀ ਸ਼ਾਇਦ ਚੰਗਾ ਲੱਗਾ ਹੋਗਾ ਸਾਡਾ ਲੀਡਰ ਜਿਹੜਾ ਹੈ ਉਹ ਮਿਨਿਸਟਰ ਦੇ ਘਰ ਆਲੀ ਨੇ ਪੈਗ ਵੀ ਕੀਆ ਸੋ ਗੱਲ ਇਹ ਆ ਵੀ ਲਾਣਾ ਇੱਕ ਇੱਕ ਨਹੀਂ ਦੋ ਨਹੀਂ ਕੋਈ ਮਿਰਲਾ ਕੋਈ ਹਰਿਆ ਬੂਟ ਪਾਵੇਂ ਬੱਚਾ ਹੋਵੇ ਨਹੀਂ ਤਾਂ ਸਾਰੇ ਹੀ ਨੰਗੇ ਆ ਠੀਕ ਹੈ ਨਾ ਸੋ ਹੁਣ ਇਹਨਾਂ ਦੇ ਇਹਨਾਂ ਨੇ ਰੋਣ ਦਾ ਜਿਹੜਾ ਜਿਹੜੀ ਵਜ੍ਹਾ ਹੈ ਅਸਲ ਵਜ੍ਹਾ ਹੈ ਜਾਂ ਮੈਨੂੰ ਤਾਂ ਦੂਜੀ ਵਜ੍ਹਾ ਲੱਗੀ ਵੀ ਹੁਣ ਜਿਸ ਤਰ੍ਹਾਂ ਜਿਹੜੀਆਂ ਮੇਨ ਜਥੇਬੰਦੀਆਂ ਸੀਗੀਆਂ ਉਹ ਜਿਸ ਤਰ੍ਹਾਂ ਟੁੱਟੀਆਂ ਔਰ ਇੱਕ ਦੀਆਂ ਤਿੰਨ ਤਿੰਨ ਚਾਰ ਚਾਰ ਜਥੇਬੰਦੀਆਂ ਬਣੀਆਂ ਔਰ ਉਹ ਬੜਨ ਦੇ ਜਿਹੜੇ ਕਾਰਨ ਮੈਂ ਉਦੋਂ ਮੈਂ ਸਮਝਦਾ ਵੀ ਸ਼ਾਇਦ ਇਹ ਲੋਕ ਕੋਈ ਇਹਨਾਂ ਦੀ ਅਣਖ ਜਾਗੀ ਹੈ ਤੇ ਆ ਤਾਂ ਇਹ ਲੋਕ ਅੱਡ ਹੋ ਰਹੇ ਨੇ ਪਰ ਮੈਨੂੰ ਹੁਣ ਉਹਦਾ ਕਾਰਨ ਜਿਹੜੇ ਮੈਨੂੰ ਦੂਸਰੇ ਨਜ਼ਰ ਆ ਰਹੇ ਨੇ ਵੀ ਜਿਹੜੇ ਅੱਡ ਹੋਣ ਵਾਲੇ ਆ ਉਹਨਾਂ ਨੂੰ ਇਹ ਨਹੀਂਗਾ ਵੀ ਸਾਡੇ ਆਗੂ ਜਿਹੜੇ ਉੱਥੇ ਵਿਗਗੇ ਆ ਤੇ ਅਸੀਂ ਹੁਣ ਜਾ ਕੇ ਸੇਵਾ ਕਰਨੀ ਆ ਕਿਸਾਨਾਂ ਦੀ ਇਹਨਾਂ ਨੂੰ ਇਹ ਲੱਗਦਾ ਵੀ ਸਾਡੇ ਆਗੂ ਜਿਹੜੇ ਮਲਾਈ ਖਾ ਕੇ ਆਏ ਆ ਨਾ ਇਹਨਾਂ ਨੇ ਸਾਡੇ ਨਾਲ ਨਹੀਂ ਵੰਡੀ ਤੇ ਹੁਣ ਅਸੀਂ ਵੀ ਮਲਾਈ ਖਾਣੀ ਆ ਅਸਲੀ ਆਪਦੀ ਜਥੇਬੰਦੀ ਬਣਾ ਲਓ ਇੱਕ ਦੋ ਜਗ੍ਹਾ ਤੇ ਮੈਂ ਮਾਨਸਾ ਹੁਣੇ ਹੁਣੇ ਜਾ ਕੇ ਆਇਆ ਮੈਨੂੰ ਲੋਕਾਂ ਨੇ ਜਦੋਂ ਗੱਲਾਂ ਦਸੀਆਂ ਮੈਂ ਹੈਰਾਨ ਰਹਿ ਗਿਆ ਵੀ ਕੱਲ ਕੱਲ ਜਥੇਬੰਦੀ ਬਣਾਉਂਦੇ ਆ ਤੇ ਅੱਜ ਹੀ ਅੱਜ ਹੀ ਵੇਚ ਕੇ ਚਲੇ ਜਾਂਦੇ ਨੇ ਮੋਰਚਾ ਸੋ ਇਹ ਸਾਰੀਆਂ ਚੀਜ਼ਾਂ ਵੀ ਭਾਈ ਧਿਆਨ ਮੰਗਦੀਆਂ ਨੇ ਜਿਹੜੀਆਂ ਨਵੀਆਂ ਜਥੇਬੰਦੀਆਂ ਬਣੀਆਂ ਨੇ ਪੁਰਾਣੀਆਂ ਵਿੱਚੋਂ ਟੁੱਟ ਕੇ ਜਿਹੜੇ ਆਏ ਨੇ ਇਹਨਾਂ ਨੂੰ ਮੈਂ ਜਿਹੜੇ ਨਜ਼ਰੀਆਂ ਨਾਲ ਵੇਖਦਾ ਸੀ ਨਾ ਪਹਿਲਾਂ ਵੀ ਇਹ ਸ਼ਾਇਦ ਕ੍ਰਾਂਤੀਕਾਰੀ ਲੋਕ ਨੇ ਤੇ ਇਹਨਾਂ ਨੇ ਲੀਡਰਾਂ ਤੋਂ ਬਗਾਵਤ ਕੀਤੀ ਹੈ ਪਰ ਵੀ ਜਿਹੜਾ ਮੈਨੂੰ ਕਾਰਨ ਹੁਣ ਪਤਾ ਲੱਗ ਰਿਹਾ ਵੀ ਉਹ ਕਾਰਨ ਇਹ ਆ ਵੀ ਕ੍ਰਾਂਤੀਕਾਰੀ ਇਹ ਵੀ ਨਹੀਂ ਹੈਗੇ ਇਨਾਂ ਦਾ ਵੀ ਐਡ ਹੋਣ ਦਾ ਮਕਸਦ ਸਿਰਫ ਇਹੀ ਆ ਵੀ ਜਿਹੜੀ ਮਲਾਈ ਸਾਡੇ ਲੀਡਰ ਖਾ ਗਏ ਆ ਇਹਨਾਂ ਨੇ ਸਾਨੂੰ ਹਿੱਸਾ ਨਹੀਂ ਦਿੱਤਾ ਹੁਣ ਅਸੀਂ ਆਪ ਦੀ ਜਥੇਬੰਦੀ ਬਣਾ ਕੇ ਆਪੇ ਮਲਾਈ ਖਾ ਲਾਂਗੇ ਸੋ ਇਹ ਸਾਰੀਆਂ ਗੱਲਾਂ ਨੇ ਰੋਇਆ ਨਹੀਂ ਕੁਝ ਬਣਨਾ ਰੋਇਆ ਨਹੀਂ ਬਣਨਾ ਜਾਂ ਤਾਂ ਆਣ ਕੇ ਦੱਸੋ ਕਿਹੜੇ ਕਿਹੜੇ ਲੀਡਰ ਉੱਥੇ दारू ਪੀ ਕੇ ਹੁੰਦੇ ਸੀ ਤੇ ਗਾਲਾਂ ਤੁਸੀਂ ਸਾਨੂੰ ਕੱਢਦੇ ਸੀ ਜਿਸ ਦਿਨ ਤੁਸੀਂ ਉੱਥੇ ਲਾਈ ਚੁੱਠੀ ਉਹ ਪਾਰਲੀਮੈਂਟ ਅਸੀਂ ਉਹਦੋਂ ਵੀ ਮੈਂ ਤਾਂ ਕਿਹਾ ਸੀ ਵੀ ਇਹ ਇਹ ਤੁਸੀਂ ਕਿਸ ਤਰ੍ਹਾਂ ਦੀ ਪਾਰਲੀਮੈਂਟ ਲਾਉਂਦੇ ਹੋ ਵੀ ਗਲ ਚ ਗੁਲਾਮੀ ਦੇ ਪਟੇ ਪਵਾ ਕੇ ਤੁਸੀਂ ਜਾਣਦੇ ਹੋ ਤੇ ਸਰਕਾਰ ਨੂੰ ਉਥੇ ਉਹਦੇ ਬੂਏ ਗਾੜੀ ਬਹਿ ਕੇ ਗਾਣਾ ਕੱਢਦੇ ਹੋ ਤੇ ਸਰਕਾਰ ਤੁਹਾਨੂੰ ਬੱਸਾਂ ਤੇ ਚੜਾ ਕੇ ਲੈ ਜਾਂਦੀ ਹੈ ਤੇ ਉਥੇ ਤੁਹਾਡੇ ਤੋਂ ਗਾਣਾਂ ਲੈ ਕੇ ਸ਼ਾਮ ਨੂੰ ਤੁਹਾਨੂੰ ਘਰੇ ਛੱਡ ਕੇ ਜਾਂਦੀ ਹੈ ਇਹ ਕਿਵੇਂ ਦਾ ਅੰਦੋਲਨ ਅੰਦੋਲਨ ਤਾਂ ਤੁਸੀਂ ਲੜਿਆ ਹੀ ਨਹੀਂ ਜੇ ਅੰਦੋਲਨ ਲੜਿਆ ਹੁੰਦਾ ਤੇ ਨਤੀਜੇ ਕੁਝ ਹੋਰ ਹੋਣੇ ਸੀ ਅੱਜ ਕੱਲੇ ਪੰਜਾਬ ਦਾ ਬਦਲ ਨਹੀਂ ਤੁਸੀਂ ਦੇ ਪਾਏ ਇਹ ਤਾਂ ਦੇਸ਼ ਦਾ ਬਦਲ ਦੇਣਾ ਸੀ ਇਸ ਅੰਦੋਲਨ ਨੇ ਤੇ ਪੋਲੀਟਿਕਲ ਬਦਲ ਦੇਣਾ ਸੀ ਇਸ ਦੇਸ਼ ਨੂੰ ਇਸ ਅੰਦੋਲਨ ਨੇ ਤੁਸੀਂ ਪੰਜਾਬ 'ਚ ਬਦਲ ਨਹੀਂ ਦੇ ਪਾਏ ਹੁਣ ਜਿਹੜੇ ਤੁਹਾਡੇ ਲੀਡਰ ਨੇ ਜਿਹੜੇ ਹੁਣ ਟਕੈਤ ਸਾਹਿਬ ਨੇ ਬੜਾ ਬੜਾ মিডিਆ ਉਹਨਾਂ ਨੂੰ ਚੁੱਕਦਾ ਜਿੱਥੇ ਜਾਂਦੇ ਨੇ ਤੇ ਟਕੈਤ ਸਾਹਿਬ ਤੇ ਸਾਨੂੰ ਸਿਰਫ ਲਖੀਨਪੁਰ ਖੀਰੀ ਦਾ ਹਿਸਾਬ ਦੇ ਦੇਣ ਬਾਕੀ ਦੀਆਂ ਗੱਲਾਂ ਛੱਡੋ ਸੋ ਕਿਹਦਾ ਕਿਹਦਾ ਨਾਂ ਲਈਏ ਯਾਰ ਹੁਣ ਤੇ ਇਹਨਾਂ ਦੀ ਗੱਲ ਕਰਦੇ ਆਵੇਂ ਸ਼ਰਮ ਆਉਣ ਲੱਗ ਗਈ ਵੀ ਸਾਨੂੰ ਹੀ ਸ਼ਰਮ ਆਉਣ ਲੱਗ ਗਈ ਵੀ ਇਹਨਾਂ ਦੀ ਗੱਲ ਕਰਦੇ ਆ ਯਾਰ ਲੋਕੀ ਕਹਿੰਣਗੇ ਇਹਦਾ ਬੁੱਢੇ ਦਾ ਦਿਮਾਗ ਖਰਾਬ ਹੋਇਆ ਤੇ ਐਵੇਂ ਇਹਨਾਂ ਨੂੰ ਗਾਲਾਂ ਕੱਢਦਾ ਰਹਿੰਦਾ ਇਹਨਾਂ ਦੇ ਇਹਨਾਂ ਦਾ ਜਿਹੜਾ ਹੈਗਾ ਨਾ ਮਤਲਬ ਇਹਨਾਂ ਦਾ ਜਿਹੜਾ ਆਈਟੀ ਸੈੱਲ ਆ ਉਹ 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 ਉਹਨਾਂ ਨੇ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਜਦੋਂ ਮੈਂ ਬੋਲਦਾ ਤੇ ਮੈਂ ਬੋਲਿਆ ਵੀ ਨਹੀਂ ਇਸ ਕਰਕੇ ਵੀ ਚਲੋ ਕੋਈ ਗੱਲ ਨਹੀਂ ਜੇ ਭਾਈ ਤੁਹਾਨੂੰ ਇਹ ਹੀ ਮਨਜ਼ੂਰ ਆ ਗੰਦ ਤਾਂ ਠੀਕ ਹੈ ਫਿਰ ਪਰ ਹੁਣ ਜਦੋਂ ਤੁਸੀਂ ਰੋ ਰੋ ਕੇ ਆਪ ਵੈਣ ਪਾਉਣ ਲੱਗੇ ਇਹਨਾਂ ਦੇ ਤੇ ਹੁਣ ਇਹਨਾਂ ਇਹਨਾਂ ਦਾ ਗਲਫੜੋ ਨਾ ਇਹ ਨਵੇਂ ਮੋਰਚੇ ਕਿਵੇਂ ਲਾ ਲੈਂਦੇ ਆ ਫਿਰ ਪਿਛਲੇ ਜਿਹੜੇ ਵੇਚ ਕੇ ਆਏ ਉਹ ਨਵੇਂ ਮੋਰਚਿਆਂ ਵਿੱਚ ਕਿਵੇਂ ਬੈਠਦੇ ਆ ਉਹਨਾਂ ਨੂੰ ਉਹਨਾਂ ਨੂੰ ਕਰੋ ਨੰਗੇ ਫਿਰ ਤੇ ਉਹਨਾਂ ਨੂੰ ਘਰੇ ਕਰੋ ਘਰੀ ਤੋਰੋ ਵੀ ਤੁਸੀਂ ਘਰੇ ਬੈਠ ਹੋਣ ਜਿਹੜੀ ਚੰਦ ਚੜਾ ਕੇ ਆਏ ਨੇ ਨਾ ਦਿੱਲੀ ਉਹੀ ਬਹੁਤ ਸੋ ਗੱਲਾਂ ਤਾਂ ਕਰਨ ਨੂੰ ਬਹੁਤ ਨਹੀਂ ਦਿਲ ਭਰਿਆ ਪਿਆ ਹੈ ਫਰ ਫਿਰ ਕਦੀ ਕਰਾਂਗੇ ਇੰਨੀਆਂ ਹੀ ਗੱਲਾਂ ਕਰਕੇ ਮੈਂ ਆਪਣੀ ਗੱਲ ਖਤਮ ਕਰਦਾ ਆ ਵੀ ਇਹਨਾਂ ਇਹ ਰੋયા ਨਹੀਂ ਜੇ ਸੱਚਮੁੱਚ ਤੁਹਾਨੂੰ ਕੋਈ ਸੱਟ ਵੱਜੀ ਔਰ ਸੱਚਮੁੱਚ ਤੁਸੀਂ ਇਮਾਨਦਾਰ ਹੋ ਤੇ ਇਹਨਾਂ ਦੇ ਨਵੇਂ ਲੱਗਦੇ ਜਿਹੜੇ ਮੋਰਚੇ ਆ ਨਾ ਉਹਨਾਂ ਚ ਇਹਨਾਂ ਇਹਨਾਂ ਨੂੰ ਬੈਨ ਕਰ ਵੀ ਉਹਨਾਂ ਮੋਰਚਿਆਂ ਦੀਆਂ ਸਟੇਜਾਂ ਤੇ ਇਹ ਨਾ ਆਉਣ ਸਾਰਾ ਕੁਝ ਕਰਕੇ ਜੇ ਫਿਰ ਸਾਡੀਆਂ ਸਟੇਜਾਂ ਤੇ ਫੇਰ ਇਹ ਚੜ ਚੜ ਕੇ ਬੈੰਦੇ ਆ ਤੇ ਫਿਰ ਕੀ ਸਮਝਦੇ ਆ ਲੋਕਾਂ ਨੂੰ ਸੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜਿੰਨੇ ਜਿਹੜੇ ਜਿਹੜੇ ਤੁਸੀਂ ਸੈਕੰਡ ਲਾਈਨ ਦੇ ਆਗੂ ਹੋ ਜਿੱਥੇ ਮੋਰਚਾ ਲੱਗਦਾ ਉੱਥੇ ਜਾ ਕੇ ਜਦੋਂ ਬੰਦੇ ਆ ਨਾ ਮੁੱਛਾਂ ਤੇਲ ਲਾ ਕੇ ਇਹਨਾਂ ਨੂੰ ਕੜੀਸ ਕੇ ਥੱਲੇ ਸਿੱਟਿਆ ਕਰੋ ਇੰਨੀ ਅਸੀਂ ਗੱਲਾਂ ਨਾ ਦਾਸ ਖਿਮਾ ਦਾ ਜੱਸੀਆ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀ ਕੀ ਫਤਿਹ